ਅਤੇ ਹਾਂਜੀ ਮਿੱਤਰੋ, ਤੁਹਾਡੇ ਲਈ ਲੈ ਕੇ ਆਇਆ ਜਿਹੜਾ ਜਮਾਤ ਸੱਤਵੀਂ ਦਾ 26 ਫਰਵਰੀ ਨੂੰ ਪੇਪਰ ਹੋਣ ਵਾਲਾ ਹੈ ਸਮਾਜਿਕ ਸਿੱਖਿਆ ਦਾ। ਦੋਸਤੋ, ਫੁੱਲੀ ਸੋਲਡ ਪੇਪਰ ਲੈ ਕੇ ਹਾਜ਼ਰ ਹੋਇਆ, ਵੀਡੀਓ ਦੇ ਅੰਤ ਤੱਕ ਬਣੇ ਰਹਿਣਾ, ਚੈਨਲ ਦਾ ਨਵਾਂ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰ ਲੈਣਾ। ਜਿਵੇਂ ਕਿ ਦੋਸਤੋ, ਸਭ ਤੋਂ ਪਹਿਲਾਂ ਆ ਜਾਓ ਤੁਹਾਡਾ ਭਾਗ ਊੜਾ, ਜਾਣੀ ਕਿ ਇਹ ਬਹੁ ਵਿਕਲਪੀ ਪ੍ਰਸ਼ਨ। ਧਰਤੀ ਦੇ ਤਿੰਨੇ ਮੰਡਲਾਂ ਦੇ ਸੁਮੇਲ ਨਾਲ ਬਣਿਆ ਕਿਹੜਾ ਮੰਡਲ ਬਣਦਾ ਹੈ? ਕਿਹੜਾ ਮੰਡਲ ਬਣਦਾ ਹੈ ਦੋਸਤੋ? ਉੱਤਰ ਕੀ ਹੋਊਗਾ ਤੁਹਾਡਾ? ਜੀਵ ਮੰਡਲ। ਠੀਕ ਹੈ ਦੋਸਤੋ, ਅੜਾ ਆਪਸ਼ਨ ਹੋ ਜਾਊ ਤੁਹਾਡਾ ਜੀਵ ਮੰਡਲ। ਹੇਠ ਲਿੰਗਾਂ ਵਿੱਚ ਕਿਹੜੀ ਧਰਤੀ ਦੀ ਇੱਕ ਤਹਿ ਹੈ? ਕਿਹੜੀ ਧਰਤੀ ਦੀ ਇੱਕ ਤਹਿ ਹੈ ਦੋਸਤੋ? ਜਾਣੀ ਕਿ ਉੱਤਰ ਕੀ ਹੋਊ ਤੁਹਾਡਾ? ਇਹ ਸਾਰੀਆਂ ਹੀ। ਅਤੇ ਅੱਗੇ ਅੱਜ ਦੋਸਤੋ, ਅਰਬ ਸਾਗਰ ਹੇਠ ਲਿੰਗਾਂ ਵਿੱਚ ਕਿਹੜੇ ਸਾਗਰ ਦਾ ਹਿੱਸਾ ਹੈ? ਤੁਹਾਡਾ ਕੀ ਉੱਤਰ ਹੋਊਗਾ ਦੋਸਤੋ? ਹਿੰਦ ਮਹਾਂਸਾਗਰ ਹੈ। ਠੀਕ ਹੈ ਦੋਸਤੋ, ਹਿੰਦ ਮਹਾਂਸਾਗਰ ਇਸਦਾ ਆਂਸਰ ਹੋ ਜੂਗਾ। ਅਤੇ ਅੱਗੇ ਅੱਜ ਦੋਸਤੋ, ਚੌਥਾ ਕੁਐਸਚਨ, ਕਿਹੜੀ ਨਹਿਰ ਭੂਮੱਧ ਸਾਗਰ ਦੇ ਸਾਗਰ ਅਤੇ ਲਾਲ ਸਾਗਰ ਨੂੰ ਮਿਲਾਉਂਦੀ ਹੈ? ਉੱਤਰ ਕੀ ਹੋ ਦੋਸਤੋ ਤੁਹਾਡਾ? ਸਵੇਜ ਨਹਿਰ, ਜਾਣੀ ਕਿ ਅੜਾ ਆਪਸ਼ਨ ਹੋ ਜੂ ਤੁਹਾਡਾ ਸਵੇਜ ਨਹਿਰ। ਹੇਠ ਲਿਖਿਆ ਵਿੱਚ ਕਿਹੜਾ ਭਾਰਤ ਦਾ ਗੁਆਂਢੀ ਦੇਸ਼ ਨਹੀਂ ਹੈ? ਦੋਸਤੋ ਕੀ ਉੱਤਰ ਹੋਊਗਾ ਤੁਹਾਡਾ? ਗੁਆਂਢੀ ਦੇਸ਼ ਨਹੀਂ ਹੈ, ਇੰਗਲੈਂਡ। ਠੀਕ ਹੈ ਦੋਸਤੋ, ਇੰਗਲੈਂਡ ਇਸਦਾ ਆਂਸਰ ਹੋ ਜੂਗਾ। ਵੈਦਿਕ ਕਾਲ ਵਿੱਚ ਭਾਰਤ ਨੂੰ ਕਿਸ ਨਾਂ ਨਾਲ ਜਾਣਿਆ ਜਾਂਦਾ ਸੀ? ਦੋਸਤੋ ਉੱਤਰ ਕੀ ਹੋਊਗਾ ਤੁਹਾਡਾ? ਉੱਤਰ ਦੋਸਤੋ ਤੁਹਾਡਾ ਹੋ ਜੂਗਾ ਆਰਿਆਵਰਤ। ਠੀਕ ਹੈ ਦੋਸਤੋ, ਆੜਾ ਆਪਸ਼ਨ ਹੋ ਜੂਗਾ, ਜਾਣੀ ਕਿ ਇਹ ਸੋਰੀ ਸੱਸਾ ਆਪਸ਼ਨ ਹੋ ਜੂਗਾ ਤੁਹਾਡਾ ਆਰਿਆਵਰਤ। ਤਰਾਇਣ ਦੀ ਪਹਿਲੀ ਲੜਾਈ ਕੌਣ ਜਿੱਤਿਆ? ਦੋਸਤੋ ਤਰਾਇਣ ਦੀ ਪਹਿਲੀ ਲੜਾਈ ਕੌਣ ਜਿੱਤਿਆ ਸੀ? ਪ੍ਰਿਥਵੀ ਰਾਜ ਚੌਹਾਨ। ਦੋਸਤੋ ਉੱਤਰ ਕੀ ਹੋਊਗਾ ਆੜਾ ਆਪਸ਼ਨ? ਪ੍ਰਿਥਵੀ ਰਾਜ ਚੌਹਾਨ। ਹੇਠ ਲਿਖਿਆਂ ਵਿੱਚੋਂ ਕਿਹੜਾ ਸੰਗੀਤਕਾਰ ਅਕਬਰ ਦਾ ਦਰਬਾਰੀ ਸੀ? ਉੱਤਰ ਕੀ ਹੋ ਦੋਸਤੋ ਤੁਹਾਡਾ? ਤਾਨਸੇਨ। ਠੀਕ ਹੈ ਦੋਸਤੋ, ਤਾਨਸੇਨ ਇਸਦਾ ਆਂਸਰ ਹੋ ਜੂਗਾ। ਪਾਣੀਪਤ ਦੀ ਪਹਿਲੀ ਲੜਾਈ ਜਿਹੜੀ ਕਦੋਂ ਹੋਈ ਸੀ? ਤੁਹਾਡਾ ਉੱਤਰ ਕੀ ਹੋ ਦੋਸਤੋ? 1526। ਠੀਕ ਹੈ ਦੋਸਤੋ, 1526 ਇਸਦਾ ਆਂਸਰ ਹੋ ਜੂਗਾ। 1526 ਈਸਵੀ ਸ੍ਰੀ ਹਰਿਮੰਦਰ ਸਾਹਿਬ ਦੇ ਨੇੜੇ ਅਕਾਲ ਤਖਤ ਦੀ ਉਸਾਰੀ ਕਿਹੜੇ ਗੁਰੂ ਸਾਹਿਬ ਨੇ ਕਰਵਾਈ? ਦੋਸਤੋ ਕੀ ਹੋਊਗਾ ਤੁਹਾਡਾ ਉੱਤਰ? ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ। ਠੀਕ ਹੈ ਦੋਸਤੋ, ਹਰਗੋਬਿੰਦ ਸਾਹਿਬ ਜੀ ਨੇ ਕਰਾਏ ਸੀ। ਅਤੇ ਅੱਗੇ ਆ ਜਾਓ, ਹੇਠ ਲਿਖਿਆਂ ਵਿੱਚੋਂ ਕਿਹੜੀ ਰਚਨਾ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੀ ਹੈ? ਦੋਸਤੋ ਉੱਤਰ ਕੀ ਹੋਊਗਾ ਤੁਹਾਡਾ? ਚੰਡੀ ਦੀ ਵਾਰ। ਠੀਕ ਹੈ ਦੋਸਤੋ, ਚੰਡੀ ਦੀ ਵਾਰ ਉੱਤਰ ਹੋ ਜਾਓ ਤੁਹਾਡਾ ਸੱਸਾ ਆਪਸ਼ਨ। ਅੱਗੇ ਆ ਜਾਓ, ਲੋਕਤੰਤਰ ਲੋਕਾਂ ਦੁਆਰਾ ਸਰਕਾਰ ਹੁੰਦੀ ਹੈ, ਇਹ ਪਰਿਭਾਸ਼ਾ ਕਿਸ ਨੇ ਦਿੱਤੀ? ਦੋਸਤੋ ਕੀ ਹੋਊਗਾ ਤੁਹਾਡਾ ਉੱਤਰ? ਇਬਰਾਹਿਮ ਲਿੰਕਨ ਨੇ। ਠੀਕ ਹੈ ਦੋਸਤੋ, ਇਬਰਾਹਿਮ ਲਿੰਕਨ ਇਸਦਾ ਆਂਸਰ ਹੋ ਜੂਗਾ। ਅੱਗੇ ਆ ਜਾਓ ਦੋਸਤੋ, ਤੁਹਾਡਾ 13ਵਾਂ ਕੁਐਸਚਨ ਆ ਜਾਓ ਦੋਸਤੋ ਤੁਹਾਡਾ। ਅੱਗੇ ਲੋਕ ਸਭਾ ਦੇ ਮੈਂਬਰਾਂ ਦੀ ਚੋਣ ਕਿੰਨੇ ਸਾਲਾਂ ਲਈ ਕੀਤੀ ਜਾਂਦੀ ਹੈ? ਕਿੰਨੇ ਸਾਲਾਂ ਲਈ ਕੀਤੀ ਜਾਂਦੀ ਹੈ ਦੋਸਤੋ? 5 ਸਾਲ। ਈਡੀ ਆਪਸ਼ਨ ਹੋ ਜੂ ਤੁਹਾਡਾ 5 ਸਾਲ। ਪੰਜਾਬ ਵਿਧਾਨ ਸਭਾ ਦੇ ਮੈਂਬਰਾਂ ਦੀ ਗਿਣਤੀ ਕਿੰਨੀ ਹੈ? ਦੋਸਤੋ ਉੱਤਰ ਹੋ ਜੂ 117। ਠੀਕ ਹੈ ਦੋਸਤੋ, 117 ਆਂਸਰ ਹੋ ਜੂ ਤੁਹਾਡਾ। ਰਾਜ ਦਾ ਸੰਵਿਧਾਨਿਕ ਮੁਖੀ ਕੌਣ ਹੁੰਦਾ ਹੈ? ਦੋਸਤੋ ਉੱਤਰ ਕੀ ਹੋ ਤੁਹਾਡਾ? ਇਹ ਦੋਸਤੋ 15ਵਾਂ ਕੁਐਸਚਨ ਦਾ ਆਂਸਰ ਤੁਸੀਂ ਕਮੈਂਟ ਬੋਕਸ ਦੇ ਵਿੱਚ ਦੱਸਣਾ ਹੈ। ਇਹ ਤੁਸੀਂ ਆਪ ਕਰਨਾ ਹੈ, ਜਿਵੇਂ ਕਿ ਤੁਸੀਂ ਇੱਕ ਵਾਰ ਕਮੈਂਟ ਕਰਕੇ ਦੱਸ ਦਿਓ ਕਿਹੜਾ ਇਸਦਾ ਕੀ ਆਂਸਰ ਹੋਊਗਾ, ਤੁਹਾਨੂੰ ਪੁੱਛਿਆ ਗਿਆ ਸੀ ਨੇ। ਇਸਦਾ ਆਂਸਰ ਦੱਸਣ ਵਾਲੇ ਦੋਸਤੋ ਅਸੀਂ ਹਾਰਟ ਦੇਵਾਂਗੇ ਕਮੈਂਟ ਦੇ ਵਿੱਚ। ਅਤੇ ਦੋਸਤੋ ਅੱਗੇ ਆ ਜੂ ਆ 16ਵਾਂ ਕੁਐਸਚਨ, ਭਾਰਤ ਵਿੱਚ ਰਾਜਾਂ ਦੀ ਹੁਣ ਕਿੰਨੀ ਗਿਣਤੀ ਹੈ? ਕਿੰਨੀ ਗਿਣਤੀ ਹੈ ਦੋਸਤੋ? 28। ਠੀਕ ਹੈ ਦੋਸਤੋ, 28 ਗਿਣਤੀ ਹੈ। ਅਤੇ ਅੱਗੇ ਆ ਜੂ ਆ 20 ਪਾਰਟ, ਜਾਣੀ ਕਿ ਵਸਤੂਨਿਸ਼ਠ ਪ੍ਰਸ਼ਨ। ਧਰਤੀ ਦੀ ਸਭ ਤੋਂ ਉੱਪਰਲੀ ਪਰਤ ਜਿਸ ਵਿੱਚ ਸਿਲੀਕੋਨ ਅਤੇ ਐਲੀਮੈਂਟ ਦੀ ਮਾਤਰਾ ਜ਼ਿਆਦਾ ਮਿਲਦੀ ਹੈ ਨੂੰ ਡੈਸ ਕਹਿੰਦੇ ਹਨ? ਦੋਸਤੋ ਕੀ ਹੋਊਗਾ ਇਸਦਾ ਆਂਸਰ? ਸਿਆਲ। ਠੀਕ ਹੈ ਦੋਸਤੋ, ਸਿਆਲ ਇਸਦਾ ਆਂਸਰ ਹੋ ਜਾਊ, ਸਿਆਲ। ਸਿਆਲ ਇਸਦਾ ਆਂਸਰ ਆ ਜਾਊ ਤੁਹਾਡਾ। ਅਤੇ ਅੱਗੇ ਆ ਜਾਓ ਦੋਸਤੋ, ਕਾਲੀ ਮਿੱਟੀ ਨੂੰ ਰੈਗੂਰ ਮਿੱਟੀ ਵੀ ਕਿਹਾ ਜਾਂਦਾ ਹੈ? ਤੁਹਾਡਾ ਸਹੀ ਗਲਤ ਦੱਸਣਾ ਦੋਸਤੋ, ਇਹ ਹੋ ਜੂਗਾ ਤੁਹਾਡਾ ਸਹੀ। ਸਹੀ ਹੋ ਜੂ ਤੁਹਾਡਾ। ਅਤੇ ਅੱਗੇ ਆ ਜਾਓ, ਧੁੰਦ ਅਤੇ ਧੂੰਏ ਦੇ ਮੇਲ ਨਾਲ ਡੈਸ ਬਣਦਾ ਹੈ ਜਿਹੜਾ ਵਾਤਾਵਰਨ ਲਈ ਬਹੁਤ ਖਤਰਨਾਕ ਹੈ?
ਤੁਹਾਡਾ ਉੱਤਰ ਕੀ ਹੋਊ ਦੋਸਤੋ? ਸਮੋਗ, ਯਾਨੀ ਕਿ ਧੂੰਆਂ। ਠੀਕ ਹੈ ਦੋਸਤੋ, ਉੱਤਰ ਆ ਜਾਓ ਦੋਸਤੋ ਸਮੋਗ। ਅਤੇ ਅੱਗੇ ਆ ਜਾਓ ਦੋਸਤੋ ਅਗਲਾ ਕੁਸ਼ਚਨ, ਭੂਚਾਲ ਮਾਪਣ ਦੇ ਯੰਤਰ ਸੀਸਮੋਗ੍ਰਾਫ ਕਿਹਾ ਜਾਂਦਾ ਹੈ? ਦੋਸਤੋ ਇਹੋ ਜਿਹਾ ਤੁਹਾਡਾ ਸਹੀ। ਅਤੇ ਅੱਗੇ ਆ ਜਾਓ, ਮਹਾਸਾਗਰ ਦੇ ਪਾਣੀ ਦੇ ਉਤਰਾ ਅਤੇ ਚੜਾਅ ਨੂੰ ਜਵਾਰਭਾਟਾ ਕਹਿੰਦੇ ਹਨ? ਦੋਸਤੋ ਇਹ ਵੀ ਹੋ ਜਾਓ ਤੁਹਾਡਾ ਸਹੀ। ਅਤੇ ਅੱਗੇ ਆ ਜਾਓ, ਡੈਸ ਭਾਰਤ ਦੀ ਪਹਿਲੀ ਮੁਸਲਿਮ ਮਹਿਲਾ ਸ਼ਾਸਕ ਸੀ, ਕੌਣ ਸੀ ਦੋਸਤੋ? ਰਜ਼ੀਆ ਸੁਲਤਾਨਾ। ਠੀਕ ਹੈ ਦੋਸਤੋ, ਰਜ਼ੀਆ ਸੁਲਤਾਨਾ ਇਸਦਾ ਆਂਸਰ ਹੋ ਜੂਗਾ। ਕੰਬਨ ਨੇ ਡੈਸ ਦਾ ਤਾਮਿਲ ਵਿੱਚ ਅਨੁਵਾਦ ਕਰਵਾਇਆ, ਕੀ ਕਰਵਾਇਆ ਸੀ ਦੋਸਤੋ? ਉੱਤਰ ਆ ਜਾਓ ਰਮਾਇਣ। ਰਮਾਇਣ ਇਸਦਾ ਆਂਸਰ ਹੋ ਜੂ ਤੁਹਾਡਾ। ਕੰਬਨ ਨੇ ਰਮਾਇਣ ਦਾ ਤਾਮਿਲ ਵਿੱਚ ਅਨੁਵਾਦ ਕਰਵਾਇਆ। ਲਾਲ ਕਿਲੇ ਦੀ ਉਸਾਰੀ ਸ਼ਾਹਜਹਾਂ ਨੇ ਦਿੱਲੀ ਵਿੱਚ ਕਰਵਾਈ, ਉੱਤਰ ਕੀ ਹੋ ਦੋਸਤੋ ਤੁਹਾਡਾ? ਸਹੀ ਹੋ ਜੂ ਤੁਹਾਡਾ, ਸਹੀ ਗਲਤ ਪੁੱਛਿਆ ਗਿਆ ਹੈ। ਡੈਸ ਮੁਗਲਾਂ ਦੀ ਇੱਕ ਰਾਜਧਾਨੀ ਨਗਰ ਸੀ। ਉੱਤਰ ਦੋਸਤੋ ਤੁਹਾਡਾ ਹੋਜੂਗਾ ਦਿੱਲੀ। ਠੀਕ ਹੈ ਦੋਸਤੋ, ਦਿੱਲੀ ਇਸਦਾ ਆਂਸਰ ਹੋਜੂਗਾ। ਅਤੇ ਦੋਸਤੋ ਅੱਗੇ ਆ ਜਾਓ, ਲੋਕਤੰਤਰ ਦਾ ਆਰੰਭ ਯੂਨਾਨ ਦੇ ਸ਼ਹਿਰ ਐਥਨਜ ਵਿੱਚ ਹੋਇਆ, ਤੁਹਾਡਾ ਸਹੀ ਗਲਤ ਦੱਸਣਾ ਦੋਸਤੋ। ਇਹ ਹੋਜੂ ਤੁਹਾਡਾ ਸਹੀ। ਭਾਰਤ ਵਿੱਚ ਸੁਤੰਤਰ ਅਤੇ ਨਿਆਂਪੂਰਨ ਚੋਣਾਂ ਕਰਵਾਉਣ ਦਾ ਕੰਮ ਡੈਸ ਕਮਿਸ਼ਨ ਕਰਦਾ ਹੈ, ਕੌਣ ਕਰਦਾ ਹੈ ਦੋਸਤੋ? ਚੋਣ ਕਮਿਸ਼ਨ। ਟੀ ਵੀ ਅਖਬਾਰਾਂ ਦੇ ਸੋਸ਼ਲ ਮੀਡੀਆ ਲੋਕਮਤ ਦਾ ਨਿਰਮਾਣ ਕਰਦੇ ਹਨ, ਸਹੀ ਗੱਲ ਤਾਂ ਦੱਸਣਾ ਦੋਸਤੋ। ਇਹੋ ਜਿਹਾ ਤੁਹਾਡਾ ਸਹੀ। ਅਤੇ ਅੱਗੇ ਆ ਜਾਓ ਦੋਸਤੋ, ਪਾਠ ਸੀ। ਹੇਠਲੇ ਪ੍ਰਸ਼ਨਾਂ ਦੇ ਉੱਤਰ 50 ਸ਼ਬਦਾਂ ਵਿੱਚ ਦਿਓ। 50 ਸ਼ਬਦਾਂ ਵਿੱਚ ਦੇਣਾ, ਜਿਵੇਂ ਕਿ ਦੋਸਤੋ ਜੰਗਲਾਂ ਤੋਂ ਸਾਨੂੰ ਕਿਹੜੀਆਂ ਕਿਹੜੀਆਂ ਵਸਤਾਂ ਪ੍ਰਾਪਤ ਹੁੰਦੀਆਂ ਹਨ? ਇੱਕ ਵਾਰ ਦੋਸਤੋ ਤੁਸੀਂ ਇਹ ਕੁਐਸਚਨ ਦੇਖ ਲਓ, 6 ਦੇ 6 ਕੁਐਸਚਨ। 6 ਦੇ ਕੁਐਸਚਨ ਤੁਹਾਨੂੰ ਇੱਕੇ ਲਾਗਤ, ਯਾਨੀ ਕਿ ਸਿਰ ਵਾਈਜ਼ ਤੁਹਾਨੂੰ ਕੁਐਸਚਨ ਕਰਾ ਦਾਂਗੇ। ਜਿਵੇਂ ਕਿ ਦੋਸਤੋ ਜੰਗਲਾਂ ਤੋਂ ਸਾਨੂੰ ਕਿਹੜੀਆਂ ਵਸਤਾਂ ਪ੍ਰਾਪਤ ਹੁੰਦੀਆਂ ਹਨ? ਸੜਕ ਮਾਰਗਾਂ ਦਾ ਕੀ ਮਹੱਤਵ ਹੈ? ਭਾਰਤੀ ਇਤਿਹਾਸ ਦੇ ਸਰੋਤ ਕਿੰਨੀ ਪ੍ਰਕਾਰ ਦੇ ਹਨ? ਖਾਣਾ ਦੋਸਤੋ ਕੀ ਭਾਵ ਹੈ? ਜਨਤਕ ਸੰਚਾਰ ਦੇ ਬਿਜਲੀ ਸਾਧਨ ਦੇ ਨਾਂ ਲਿਖੋ। ਰਾਜਪਾਲ ਚੁਣੇ ਜਾਣ ਲਈ ਕਿਹੜੀਆਂ ਯੋਗਤਾਵਾਂ ਹੁੰਦੀਆਂ ਹਨ? ਜਿਵੇਂ ਕਿ ਦੋਸਤੋ ਪਹਿਲਾ ਕੁਐਸਚਨ ਦਾ ਆਂਸਰ ਹੋਈ ਤੁਹਾਡਾ, ਉੱਤਰ ਦੋਸਤੋ ਤੁਹਾਡਾ ਆਜੂਗਾ ਪਹਿਲਾ ਕੁਐਸਚਨ ਦਾ ਆਂਸਰ, ਜੰਗਲਾਂ ਤੋਂ ਸਾਨੂੰ ਕਈ ਤਰ੍ਹਾਂ ਦੀ ਲੱਕੜੀ, ਬਾਂਸ, ਕਾਗਜ਼ ਬਣਾਉਣ ਵਾਲੇ ਗੂੰਦ, ਗੰਦਾ ਬਰੋਜਾ, ਤਾਰਪਿਨ, ਲਾਖ, ਚਮੜਾ, ਰੰਗਣ ਦਾ ਛਿਲਕਾ ਅਤੇ ਦਵਾਈਆਂ ਲਈ ਜੜੀ ਬੂਟੀਆਂ ਆਦਿ ਵਸਤਾਂ ਪ੍ਰਾਪਤ ਹੁੰਦੀਆਂ ਹਨ? ਸੜਕ ਮਾਰਗਾਂ ਦਾ ਕੀ ਮਹੱਤਵ ਹੈ? ਦੂਜਾ ਕੁਐਸਚਨ ਹੋਊਗਾ ਤੁਹਾਡਾ ਦੋਸਤੋ, ਉੱਤਰ ਕੀ ਹੋ ਦੋਸਤੋ ਤੁਹਾਡਾ, ਸੜਕਾਂ ਤੁਲਨਾਤਮਕ ਪੱਖ ਤੋਂ ਬਣਾਉਂਦੀਆਂ ਆਸਾਨ ਅਤੇ ਸਸਤੀਆਂ ਹਨ। ਇਹ ਇੱਕ ਘਰ ਤੋਂ ਦੂਸਰੇ ਘਰ ਤੱਕ ਸਮਾਨ ਪਹੁੰਚਾਉਂਦੀਆਂ ਹਨ, ਇੱਕ ਉਬੜ ਖਾਬੜ ਦੇਸ਼ ਵਿੱਚ ਬਣਾਈਆਂ ਜਾਂਦੀਆਂ ਹਨ। ਅਤੇ ਅੱਗੇ ਆ ਜੀ ਦੋਸਤੋ, ਤੀਜਾ ਕੁਐਸਚਨ, ਭਾਰਤੀ ਇਤਿਹਾਸ ਦੇ ਸਰੋਤ ਕਿੰਨੇ ਪ੍ਰਕਾਰ ਦੇ ਹਨ? ਮੱਧਕਾਲੀਨ ਭਾਰਤੀ ਇਤਿਹਾਸ ਦੀ ਜਾਣਕਾਰੀ ਲਈ 2 ਤਰ੍ਹਾਂ ਦੇ ਇਤਿਹਾਸਿਕ ਅੱਤ ਮਿਲਦੇ ਹਨ, ਪੁਰਾਤਵ ਸਰੋਤ ਅਤੇ ਸਾਹਿਤਕ ਸਰੋਤ। ਅਤੇ ਦੋਸਤੋ ਅੱਗੇ ਆ ਜਾਓ ਤੁਹਾਡਾ ਚੌਥਾ ਕੁਐਸਚਨ, ਖਾਣਾ ਦੋਸਤੋ ਕੀ ਭਾਵ ਹੈ? ਉੱਤਰ ਦੋਸਤੋ ਤੁਹਾਡਾ ਹੋਊਗਾ, ਕੁਝ ਕਬੀਲਿਆਂ ਦੇ ਲੋਕ ਆਪਣਾ ਜੀਵਨ ਨਿਰਵਾਹ ਕਰਨ ਲਈ ਇੱਕ ਥਾਂ ਤੋਂ ਦੂਜੀ ਥਾਂ 'ਤੇ ਘੁੰਮਦੇ ਫਿਰਦੇ ਹਨ, ਇਹਨਾਂ ਨੂੰ ਖਾਣਾ ਦੋਸਤ ਕਿਹਾ ਜਾਂਦਾ ਹੈ। ਜਨਤਕ ਸੰਚਾਰ ਦੇ ਬਿਜਲੀ ਸਾਧਨਾਂ ਦੇ ਨਾਂ ਲਿਖੋ, ਕੰਪਿਊਟਰ, ਰੇਡੀਓ, ਮੋਬਾਈਲ। ਰਾਜਪਾਲ ਚੁਣੇ ਜਾਣ ਲਈ ਕਿਹੜੀਆਂ ਯੋਗਤਾਵਾਂ ਹੁੰਦੀਆਂ ਹਨ? ਕਿਸੇ ਵੀ ਰਾਜ ਦਾ ਰਾਜਪਾਲ ਬਣਨ ਲਈ ਜ਼ਰੂਰੀ ਹੈ ਉਹ ਵਿਅਕਤੀ ਭਾਰਤ ਦਾ ਨਾਗਰਿਕ ਹੋਵੇ, ਉਸਦੀ ਉਮਰ 35 ਸਾਲ ਤੋਂ ਜਾਂ ਇਸ ਤੋਂ ਵੱਧ ਹੋਵੇ, ਉਹ ਮਾਨਸਿਕ ਅਤੇ ਸਰੀਰਕ ਤੌਰ 'ਤੇ ਠੀਕ ਹੋਵੇ, ਉਹ ਰਾਜ ਦਾ ਕੇਂਦਰੀ ਵਿਧਾਨ ਪਾਲਿਕਾ ਦਾ ਮੈਂਬਰ ਜਾਂ ਸਰਕਾਰੀ ਅਧਿਕਾਰੀ ਨਾ ਹੋਵੇ। ਅਤੇ ਦੋਸਤੋ 6 ਦੇ 6 ਕੁਐਸਚਨ ਤੁਹਾਨੂੰ ਕਰਾ ਦਿੱਤੇ ਹਨ, ਅਤੇ ਅੱਗੇ ਦੋਸਤੋ ਕਰ ਸਕਦੇ ਹੋ ਤੁਸੀਂ ਪਾਠ ਡੀ। ਜਿਵੇਂ ਦੋਸਤੋ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 50 ਤੋਂ ਵੱਧ ਸ਼ਬਦਾਂ ਵਿੱਚ ਦਿਓ, ਕੋਈ 4 ਕੁਐਸਚਨ ਕਰਨੇ ਹਨ ਤੁਹਾਨੂੰ ਦੋਸਤੋ, ਜਿਵੇਂ ਕਿ ਇਹ ਦਿੱਤੇ ਗਏ ਹਨ ਕੁਐਸਚਨ ਸੀਰੀਅਲ ਵਾਈਜ਼ ਤੁਹਾਨੂੰ ਕਰਾ ਦਾਂਗੇ, ਜਿਵੇਂ ਕਿ ਉੱਪਰਲੇ ਵਾਲੇ ਕਰਾਏ ਹਨ।
ਜਿਵੇਂ ਦੋਸਤੋ ਤਰਲ ਸੁਲਣਾ ਕਿਸ ਨੂੰ ਕਹਿੰਦੇ ਹਨ, ਇਸ ਬਾਰੇ ਜਾਣਕਾਰੀ ਦਿਓ। ਇਹ ਕੁਸ਼ਚਨ ਤੁਹਾਨੂੰ ਕਰਾਉਣ ਲੱਗਿਆ ਦੋਸਤੋ, ਉੱਤਰ ਦੋਸਤੋ ਤੁਹਾਡਾ ਜੋ ਪਹਿਲੇ ਕੁਸ਼ਚਨ ਦਾ ਆਂਸਰ, ਜਿਵੇਂ ਕਿ ਤਰਲ ਸੁਲਣਾ ਕਿਸ ਨੂੰ ਕਹਿੰਦੇ ਹਨ, ਇਸ ਬਾਰੇ ਜਾਣਕਾਰੀ ਦਿਓ। ਉੱਤਰ ਤੁਹਾਡਾ ਆਜੂਗਾ, ਤਰਲ ਸੋਨਾ ਖਣਿਜਕ ਤੇਲ ਨੂੰ ਕਿਹਾ ਜਾਂਦਾ ਹੈ। ਇਸ ਨੂੰ ਇਹ ਨਾਂ ਇਸ ਲਈ ਦਿੱਤਾ ਜਾਂਦਾ ਹੈ ਕਿਉਂਕਿ ਇਹ ਇੱਕ ਖਣਿਜ ਅਤੇ ਬਹੁਤ ਹੀ ਉਪਯੋਗੀ ਹੈ। ਇਸ ਨੂੰ ਪੈਟਰੋਲੀਅਮ ਜਾਂ ਤਰਲ ਸੋਨਾ ਖਣਿਜ ਤੇਲ ਨੂੰ ਕਿਹਾ ਜਾਂਦਾ ਹੈ। ਇਸ ਨੂੰ ਇਹ ਨਾਂ ਇਸ ਲਈ ਦਿੱਤਾ ਗਿਆ ਹੈ ਕਿਉਂਕਿ ਇਹ ਖਣਿਜ ਅਤੇ ਬਹੁਤ ਹੀ ਉਪਯੋਗੀ ਹੈ। ਇਸ ਨੂੰ ਪੈਟਰੋਲੀਅਮ ਜਾਂ ਚਾਲਕ ਸ਼ਕਤੀ ਵੀ ਕਹਿੰਦੇ ਹਨ ਕਿਉਂਕਿ ਖਣਿਜਾਂ ਦੀ ਤਰ੍ਹਾਂ ਇਸ ਨੂੰ ਧਰਤੀ ਵਿੱਚੋਂ ਕੱਢਿਆ ਜਾਂਦਾ ਹੈ। ਇਸ ਕਰਕੇ ਇਸ ਨੂੰ ਖਣਿਜ ਤੇਲ ਕਿਹਾ ਜਾਂਦਾ ਹੈ। ਇਸ ਨੂੰ ਪੈਟਰੋਲੀਅਮ ਦਾ ਨਾਂ ਇਸ ਕਰਕੇ ਦਿੱਤਾ ਗਿਆ ਹੈ ਕਿਉਂਕਿ ਇਹ ਦੋ ਸ਼ਬਦਾਂ ਪੈਟਰੋ ਅਤੇ ਓਲੀਅਮ ਦੇ ਜੋੜ ਨਾਲ ਬਣਿਆ ਹੈ। ਲਾਤੀਨੀ ਭਾਸ਼ਾ ਵਿੱਚ ਪੈਟਰੋ ਦਾ ਅਰਥ ਹੈ ਚਟਾਨ ਅਤੇ ਓਲੀਅਮ ਦਾ ਅਰਥ ਹੈ ਤੇਲ। ਇਸ ਪ੍ਰਕਾਰ ਪੈਟਰੋਲੀਅਮ ਦਾ ਸ਼ਬਦੀ ਅਰਥ ਚਟਾਨ ਤੋਂ ਪ੍ਰਾਪਤ ਹੋਣ ਵਾਲੇ ਖਣਿਜ ਤੇਲ ਤੋਂ ਹੈ। ਇਹ ਬਨਸਪਤੀ ਅਤੇ ਮਰੇ ਹੋਏ ਜੀਵ ਜੰਤੂਆਂ ਦੇ ਪਰਤਦਾਰ ਚਟਾਨਾਂ ਵਿਚਾਲੇ ਦਬੇ ਜਾਣ ਨਾਲ ਬਣਿਆ ਹੈ। ਅਤੇ ਦੋਸਤੋ ਅੱਗੇ ਅੱਜ ਦੂਜਾ ਕੁਸ਼ਚਨ ਤੁਹਾਡਾ, ਸੰਚਾਰ ਦੇ ਸਾਧਨ ਕਿਹੜੇ ਹੁੰਦੇ ਹਨ, ਉਹਨਾਂ ਦੇ ਲਾਭ ਦੱਸੋ। ਤੁਹਾਡਾ ਉੱਤਰ ਹੋਊਗਾ ਦੋਸਤੋ, ਸੰਦੇਸ਼ਾਂ ਦਾ ਆਦਾਨ ਪ੍ਰਦਾਨ ਕਰਨ ਵਾਲੇ ਸਾਧਨ ਸੰਚਾਰ ਦੇ ਸਾਧਨ ਅਖਵਾਉਂਦੇ ਹਨ। ਇਹਨਾਂ ਵਿੱਚ ਇੰਟਰਨੈੱਟ, ਮੋਬਾਈਲ, ਟੈਲੀਫੋਨ, ਰੇਡੀਓ, ਟੀ ਵੀ, ਅਖਬਾਰ, ਪੱਤਰਕਾਰਾਂ ਅਤੇ ਪੱਤਰ ਆਦਿ ਸ਼ਾਮਿਲ ਹਨ। ਲਾਭ ਸੰਚਾਰ ਦੇ ਸਾਧਨ ਦੀ ਬਹੁਤ ਜ਼ਿਆਦਾ ਮਹੱਤਵ ਹੈ। ਇਹ ਸਿੱਖਿਆ ਦੇ ਪ੍ਰਚਾਰ ਅਤੇ ਮਨੋਰੰਜਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਇਹਨਾਂ ਦੇ ਕਾਰਨ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਵਪਾਰ ਨੂੰ ਉਤਸ਼ਾਹ ਮਿਲਦਾ ਹੈ। ਇਹਨਾਂ ਨਾਲ ਸੱਭਿਆਚਾਰਕ ਆਦਾਨ ਪ੍ਰਦਾਨ ਵਿੱਚ ਸਹਾਇਤਾ ਮਿਲਦੀ ਹੈ। ਸੱਚ ਤਾਂ ਇਹ ਹੈ ਕਿ ਸੰਚਾਰ ਦੇ ਸਾਧਨ ਵਿਸ਼ਵ ਦੇ ਵੱਖ ਵੱਖ ਦੇਸ਼ਾਂ ਨੂੰ ਆਪਸ ਵਿੱਚ ਜੋੜਦੇ ਹਨ। ਸਿੱਟੇ ਵਜੋਂ ਵਿਸ਼ਵ ਇੱਕ ਇਕਾਈ ਬਣ ਗਿਆ ਹੈ। ਅਤੇ ਦੋਸਤੋ ਅੱਗੇ ਅਜੇ ਤੀਜਾ ਕੁਸ਼ਚਨ ਤੁਹਾਡਾ, 18ਵੀਂ ਸਦੀ ਵਿੱਚ ਸਿੱਖ ਕਿਸ ਤਰ੍ਹਾਂ ਸ਼ਕਤੀਸ਼ਾਲੀ ਬਣੇ? ਉੱਤਰ ਦੋਸਤੋ ਤੁਹਾਡਾ, ਜੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1699 ਈਸਵੀ ਵਿੱਚ ਖਾਲਸਾ ਪੰਥ ਦੀ ਸਥਾਪਨਾ ਕੀਤੀ। ਸਿੱਖਾਂ ਅਤੇ ਮੁਗਲਾਂ ਵਿਚਕਾਰ ਕਈ ਲੜਾਈਆਂ ਹੋਈਆਂ। ਗੁਰੂ ਗੋਬਿੰਦ ਸਿੰਘ ਜੀ ਨੇ 1708 ਈਸਵੀ ਵਿੱਚ ਜੋਤੀ ਜੋਤ ਸਮਾਉਣ ਤੋਂ ਬਾਅਦ ਬੰਦਾ ਸਿੰਘ ਬਹਾਦਰ ਨੇ ਸਿੱਖਾਂ ਦੀ ਅਗਵਾਈ ਕੀਤੀ। ਉਸ ਨੇ ਜਲਾਲਾਬਾਦ, ਕਰਨਾਲ, ਪਾਣੀਪਤ, ਅੰਮ੍ਰਿਤਸਰ, ਗੁਰਦਾਸਪੁਰ, ਕਲਾਨੌਰ ਅਤੇ ਪਠਾਨਕੋਟ ਆਦਿ ਸਥਾਨਾਂ 'ਤੇ ਜਿੱਤ ਪ੍ਰਾਪਤ ਕੀਤੀ। 1716 ਈਸਵੀ ਵਿੱਚ ਬੰਦਾ ਸਿੰਘ ਬਹਾਦਰ ਨੂੰ ਮੁਗਲਾਂ ਨੇ ਸ਼ਹੀਦ ਕਰ ਦਿੱਤਾ ਗਿਆ। ਇਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ ਸਾਰੀਆਂ ਮਿਸਲਾਂ ਨੂੰ ਇਕੱਠਾ ਕਰਕੇ ਪੰਜਾਬ ਵਿੱਚ ਸੁਤੰਤਰ ਰਾਜ ਦੀ ਸਥਾਪਨਾ ਕੀਤੀ। ਅਤੇ ਦੋਸਤੋ ਅੱਗੇ ਅਜੇ ਤੁਹਾਡਾ ਚੌਥਾ ਕੁਸ਼ਚਨ, ਰਾਮਾਨੁਜ ਬਾਰੇ ਤੁਸੀਂ ਕੀ ਜਾਣਦੇ ਹੋ? ਤੁਹਾਡਾ ਉੱਤਰ ਹੋਊਗਾ ਦੋਸਤੋ, ਸੰਤ ਰਾਮਾਨੁਜ ਜੀ ਦੱਖਣੀ ਭਾਰਤ ਵਿੱਚ ਵੈਸ਼ਨ ਮਤ ਦੇ ਮਹਾਨ ਪ੍ਰਚਾਰਕ ਸਨ। ਉਹ ਤਾਮਿਲ ਬ੍ਰਾਹਮਣ ਸਨ। ਉਹ ਆਪਣੇ ਚੇਲਿਆਂ ਨੂੰ ਵਿਸ਼ਨੂੰ ਦੀ ਪੂਜਾ ਕਰਨ ਦਾ ਉਪਦੇਸ਼ ਦਿੰਦੇ ਸਨ। ਉਹਨਾਂ ਨੇ ਜਾਤ ਪਾਤ ਦਾ ਵਿਰੋਧ ਕੀਤਾ। ਉਹਨਾਂ ਨੇ ਦੱਖਣੀ ਭਾਰਤ ਵਿੱਚ ਬਹੁਤ ਸਾਰੇ ਲੋਕਾਂ ਨੂੰ ਆਪਣਾ ਅਨੁਆਈ ਬਣਾਇਆ। ਮੁਹੰਮਦ ਬਿਨ ਤੁਗਲਕ ਨੇ ਆਪਣੀ ਰਾਜਧਾਨੀ ਦਿੱਲੀ ਤੋਂ ਤਬਦੀਲ ਕਿਉਂ ਬਦਲੀ ਸੀ? ਦੋਸਤੋ ਤੁਹਾਡਾ ਉੱਤਰ ਹੋਊਗਾ, ਮੁਹੰਮਦ ਬਿਨ ਤੁਗਲਕ ਨੇ ਕੋਲ ਇੱਕ ਵਿਸ਼ਾਲ ਸਾਮਰਾਜ ਸੀ। ਉਹ ਆਪਣੀ ਰਾਜਧਾਨੀ ਉਸ ਸਥਾਨ 'ਤੇ ਬਣਾਉਣਾ ਚਾਹੁੰਦਾ ਸੀ ਜੋ ਰਾਜ ਦੇ ਕੇਂਦਰ ਵਿੱਚ ਸਥਿਤ ਹੋਵੇ। ਇਸ ਲਈ 1327 ਈਸਵੀ ਵਿੱਚ ਉਸਨੇ ਸਾਮਰਾਜ ਦੀ ਰਾਜਧਾਨੀ ਦਿੱਲੀ ਤੋਂ ਦੇਵਗਿਰੀ ਦੌਲਤਾਬਾਦ ਬਦਲਣ ਦਾ ਫੈਸਲਾ ਕੀਤਾ। ਇਸ ਦੇ ਦੋ ਕਾਰਨ ਸਨ। ਸੁਲਤਾਨ ਦਾ ਵਿਸ਼ਵਾਸ ਸੀ ਕਿ ਅਜਿਹਾ ਕਰਨ ਨਾਲ ਸਾਮਰਾਜ ਦੀ ਮੁਗਲਾਂ ਦੇ ਹਮਲਿਆਂ ਤੋਂ ਰੱਖਿਆ ਕੀਤੀ ਜਾ ਸਕਦੀ ਹੈ। ਉਸਨੇ ਅਨੁਭਵ ਕੀਤਾ ਕਿ ਉਹ ਸਾਮਰਾਜ ਦੇ ਸ਼ਾਸਨ ਪ੍ਰਬੰਧ ਨੂੰ ਦਿੱਲੀ ਦੇ ਬਜਾਏ ਦੇਵਗਿਰੀ ਤੋਂ ਚੰਗੀ ਤਰ੍ਹਾਂ ਚਲਾ ਸਕੇਗਾ। ਅਤੇ ਦੋਸਤੋ ਅੱਗੇ ਆ ਜਾਓ, ਤੁਹਾਡਾ ਛੇਵਾਂ ਕੁਸ਼ਚਨ, ਮੁਗਲ ਬਾਦਸ਼ਾਹ ਸ਼ਾਹਜਹਾਂ ਨੂੰ ਭਵਨ ਨਿਰਮਾਤਾਵਾਂ ਦਾ ਸਹਿਜਾਦਾ ਕਿਉਂ ਕਿਹਾ ਜਾਂਦਾ ਹੈ?
ਤੁਹਾਡਾ ਉੱਤਰ ਹੋਊਗਾ ਦੋਸਤੋ ਸਾਂਝਾ ਨੂੰ ਭਵਨ ਬਣਵਾਉਣ ਦਾ ਬਹੁਤ ਸ਼ੌਂਕ ਸੀ। ਉਸ ਦੁਆਰਾ ਬਣਵਾਏ ਗਏ ਸਾਰੇ ਭਵਨ ਕਲਾ ਅਤੇ ਸੁਤੰਤਰਤਾ ਦੀ ਦ੍ਰਿਸ਼ਟੀ ਤੋਂ ਵਿਸ਼ੇਸ਼ ਸਥਾਨ ਰੱਖਦੇ ਸਨ। ਪੁਣੇ ਆਗਰਾ ਵਿੱਚ ਜਹਾਂਗੀਰ ਮਹਿਲ, ਰਾਣੀ ਜੋਧਾਵਤੀ ਦਾ ਮਹਿਲ, ਲਾਲ ਕਿਲ੍ਹੇ ਦੇ ਮੋਤੀ ਮਸਜਿਦ ਅਤੇ ਤਾਜ ਮਹਿਲ ਆਦਿ ਬਣਵਾਏ। ਤਾਜ ਮਹਿਲ ਸੰਸਾਰ ਦੇ ਸਭ ਤੋਂ ਸੁੰਦਰ ਭਾਵਨਾ ਵਿੱਚੋਂ ਇੱਕ ਹੈ। ਦਿੱਲੀ ਵਿੱਚ ਉਸਨੇ ਦੀਵਾਨੇ ਖਾਸ, ਮੋਤੀ ਮਸਜਿਦ ਅਤੇ ਹੋਰ ਕਈ ਭਵਨ ਬਣਵਾਏ। ਉਸਨੇ ਆਪਣੇ ਬੈਠਣ ਲਈ ਹੀਰੇ ਮੋਤੀਆਂ ਨਾਲ ਜੁੜਿਆ ਇੱਕ ਸਿੰਘਾਸਨ ਬਣਵਾਇਆ, ਜਿਸ ਨੂੰ ਤਖ਼ਤੇ ਤਾਊਸ ਕਹਿੰਦੇ ਸਨ। ਸ਼ਾਹਜਹਾਂ ਦੀਆਂ ਇਹਨਾਂ ਕਿਰਤਾਂ ਦੇ ਕਾਰਨ ਉਸਨੂੰ ਭਵਨ ਨਿਰਮਾਣ ਕਲਾ ਦਾ ਸਹਿਜਾਦਾ ਕਿਹਾ ਜਾਂਦਾ ਹੈ। ਅਤੇ ਦੋਸਤੋ ਅੱਗੇ ਆ ਜੀ ਤੁਹਾਡਾ ਸੱਤਵਾਂ ਕੁਐਸਚਨ, ਸੜਕ ਹਾਦਸਿਆਂ ਦੇ ਕੋਈ ਚਾਰ ਕਾਰਨ ਦੱਸੋ। ਤੁਹਾਡਾ ਉੱਤਰ ਹੋ ਦੋਸਤੋ ਸੜਕ ਹਾਦਸਿਆਂ ਦੇ ਮੁੱਖ ਕਾਰਨ ਹੇਠ ਲਿਖੇ ਹਨ, ਜਿਵੇਂ ਕਿ ਦੋਸਤੋ ਤੇਜ਼ ਰਫ਼ਤਾਰ ਨਾਲ ਵਾਹਨ ਚਲਾਉਣਾ। ਤੇਜ਼ ਰਫ਼ਤਾਰ ਸੜਕ ਹਾਦਸਿਆਂ ਦਾ ਮੁੱਖ ਕਾਰਨ ਹੈ। ਧਿਆਨ ਹਟਣ ਨਾਲ ਤੇਜ਼ ਰਫ਼ਤਾਰ ਵਾਲਾ ਵਾਹਨ ਜਲਦੀ ਹੀ ਦੁਰਘਟਨਾ ਦਾ ਸ਼ਿਕਾਰ ਹੋ ਸਕਦਾ ਹੈ। ਸਿਗਨਲ ਨੂੰ ਨਾ ਮੰਨਣਾ, ਕਈ ਵਾਰ ਵਾਹਨ ਚਾਲਕ ਟ੍ਰੈਫਿਕ ਲਾਈਟ ਨਾਲ ਹੋਣ ਤੋਂ ਪਹਿਲਾਂ ਹੀ ਸੜਕ ਨੂੰ ਪਾਰ ਕਰਨ ਲਈ ਵਾਹਨ ਨੂੰ ਬਹੁਤ ਜ਼ਿਆਦਾ ਤੇਜ਼ੀ ਨਾਲ ਚਲਾਉਂਦੇ ਹਨ, ਇਸ ਨਾਲ ਦੁਰਘਟਨਾ ਹੋਣ ਦਾ ਡਰ ਬਣਿਆ ਰਹਿੰਦਾ ਹੈ। ਵਾਹਨਾਂ ਨੂੰ ਵਧੇਰੇ ਸਮਾਂ ਜਾਂ ਸਵਾਰੀਆਂ ਨਾਲ ਲੱਤਣਾ, ਵਾਹਨ ਚਾਲਕ ਕਈ ਵਾਰੀ ਆਪਣੇ ਵਾਹਨ ਨੂੰ ਵਧੇਰੇ ਸਮਾਨ ਜਾਂ ਸਵਾਰੀਆਂ ਨਾਲ ਲੱਦ ਲੈਂਦੇ ਹਨ, ਜਿਸ ਕਾਰਨ ਹਾਦਸਾ ਹੋ ਜਾਂਦਾ ਹੈ। ਛੋਟੀ ਉਮਰ ਦੇ ਬੱਚਿਆਂ ਦਾ ਵਾਹਨ ਚਲਾਉਣਾ, 18 ਸਾਲ ਤੋਂ ਘੱਟ ਉਮਰ ਦੇ ਬੱਚੇ ਵੀ ਕਈ ਵਾਰੀ ਬਿਨਾਂ ਡਰਾਈਵਿੰਗ ਲਾਇਸੈਂਸ ਦੇ ਵਾਹਨ ਚਲਾਉਣ ਲੱਗ ਪੈਂਦੇ ਹਨ, ਜਿਸ ਕਾਰਨ ਹਾਦਸਾ ਹੋਣ ਦਾ ਡਰ ਬਣਿਆ ਰਹਿੰਦਾ ਹੈ। ਗਲਤ ਢੰਗ ਨਾਲ ਅੱਗੇ ਨਿਕਲਣਾ, ਕਈ ਵਾਰੀ ਗਲਤ ਢੰਗ ਨਾਲ ਅੱਗੇ ਨਿਕਲਣ ਦੀ ਕੋਸ਼ਿਸ਼ ਦੇ ਦੋ ਵਾਹਨ ਆਪਸ ਵਿੱਚ ਟਕਰਾ ਜਾਂਦੇ ਹਨ। ਅਜਿਹੇ ਹਾਦਸੇ ਪੈਦਲ ਚਾਲਕਾਂ ਲਈ ਵੀ ਬਹੁਤ ਖਤਰਨਾਕ ਹੁੰਦੇ ਹਨ। ਆਧੁਨਿਕ ਯੁੱਗ ਵਿੱਚ ਲੋਕਤੰਤਰ ਸਰਕਾਰ ਹਰਮਨ ਪਿਆਰੀ ਕਿਉਂ ਹੈ? ਤੁਹਾਡਾ ਉੱਤਰ ਦੋਸਤੋ ਆਜੂ, ਆਧੁਨਿਕ ਯੁੱਗ ਵਿੱਚ ਲੋਕਤੰਤਰ ਸਰਕਾਰ ਹੇਠ ਲਿਖੇ ਕਾਰਨਾਂ ਕਰਕੇ ਹਰਮਨ ਪਿਆਰੀ ਹੈ। ਅਤੇ ਦੋਸਤੋ ਪਹਿਲਾ ਪੁਆਇੰਟ ਆਜੂ ਅਸਮਾਨਤਾ, ਲੋਕਤੰਤਰ ਵਿੱਚ ਸਾਰੇ ਨਾਗਰਿਕ ਸਮਾਨ ਹੁੰਦੇ ਹਨ ਅਤੇ ਕਿਸੇ ਨਾਲ ਕੋਈ ਭੇਦਭਾਵ ਨਹੀਂ ਕੀਤਾ ਜਾਂਦਾ। ਸੁਤੰਤਰਤਾ, ਲੋਕਾਂ ਨੂੰ ਕੋਈ ਵੀ ਕਿੱਤਾ ਅਪਣਾਉਣ, ਦੇਸ਼ ਦੇ ਕਿਸੇ ਵੀ ਖੇਤਰ ਵਿੱਚ ਵਸਣ ਅਤੇ ਆਪਣੇ ਵਿਚਾਰ ਪ੍ਰਗਟ ਕਰਨ ਦੀ ਸੁਤੰਤਰਤਾ ਹੁੰਦੀ ਹੈ। ਨਾਗਰਿਕਾਂ ਦੀ ਸਰਗਰਮ ਭੂਮਿਕਾ, ਲੋਕਤੰਤਰ ਵਿੱਚ ਨਾਗਰਿਕ ਸਰਗਰਮ ਭੂਮਿਕਾ ਨਿਭਾਉਂਦੇ ਹਨ, ਉਹ ਵੋਟ ਪਾ ਕੇ ਸਰਕਾਰ ਦੀ ਚੋਣ ਕਰਦੇ ਹਨ। ਅਤੇ ਹਾਂਜੀ ਦੋਸਤੋ, ਤੁਹਾਡੀ ਜਿਹੜੀ 8 ਦੇ 8 ਕੁਐਸਚਨ ਤੁਹਾਨੂੰ ਕਰਾ ਦਿੱਤੇ ਗਏ ਹਨ। ਕੋਈ ਵੀ ਤੁਸੀਂ 4 ਕੁਐਸਚਨ ਕਰਨੇ ਸੀ 8 ਵਿੱਚ, 8 ਦੇ 8 ਤੁਹਾਨੂੰ ਕਰਾ ਦਿੱਤੇ ਗਏ, ਤੁਸੀਂ ਕੋਈ ਵੀ 4 ਕੁਐਸਚਨ ਕਰ ਸਕਦੇ ਹੋ। ਅਤੇ ਦੋਸਤੋ ਅੱਗੇ ਆ ਜਾਓ ਭਾਗ ਈ, ਜਾਣੀ ਕਿ ਪਾਰਟ ਈ ਆ ਜਾਓ, ਸਰੋਤ ਆਧਾਰਿਤ ਪ੍ਰਸ਼ਨ। ਅਤੇ ਦੋਸਤੋ ਤੁਹਾਨੂੰ ਇਸ ਤਰ੍ਹਾਂ ਦਾ ਪੈਰਾ ਦਿੱਤਾ ਹੋਊਗਾ, ਜਿਵੇਂ ਕਿ ਤੁਹਾਨੂੰ ਕੁਐਸਚਨ ਪੁੱਛੇ ਜਾਣਗੇ, ਜਿਵੇਂ ਕਿ ਤਾਜ ਮਹਿਲ ਕਿਸ ਦੀ ਯਾਦ ਵਿੱਚ ਬਣਵਾਇਆ ਗਿਆ ਸੀ? ਦੋਸਤੋ ਉੱਤਰ ਕੀ ਹੋਊਗਾ ਤੁਹਾਡਾ, ਜਿਵੇਂ ਕਿ ਤੁਹਾਡਾ ਉੱਤਰ ਹੋਊ ਜੀ ਦੋਸਤੋ ਤਾਜ ਮਹਿਲ, ਉਸਨੇ ਆਪਣੀ ਬੇਗਮ ਮੁਮਤਾਜ ਮਹਿਲ ਦੀ ਯਾਦ ਵਿੱਚ ਬਣਵਾਇਆ ਸੀ। ਤੁਹਾਡਾ ਉੱਤਰ ਕੀ ਹੋਊ ਦੋਸਤੋ ਦੂਜੇ ਦਾ, ਮੁਗਲ ਸ਼ਾਸਕਾਂ ਵਿੱਚੋਂ ਸ਼ਾਹਜਹਾਂ ਇੱਕ ਮਹਾਨ ਜਿਹੜਾ ਕਿ ਸ਼ਾਹਜਹਾਂ ਲਿਖ ਲਿਓ ਤੁਸੀਂ ਸ਼ਾਹਜਹਾਂ। ਠੀਕ ਹੈ ਦੋਸਤੋ, ਸ਼ਾਹਜਹਾਂ ਨੇ ਦਿੱਲੀ ਵਿੱਚ ਕਿਹੜੀ ਇਮਾਰਤ ਬਣਵਾਈ? ਦੋਸਤੋ ਦਿੱਲੀ ਵਿੱਚ ਕਿਹੜੀ ਇਮਾਰਤ ਬਣਵਾਈ ਸੀ? ਤੁਹਾਡਾ ਉੱਤਰ ਦੋਸਤੋ ਆਜੂਗਾ, ਤੁਹਾਡਾ ਉੱਤਰ ਦੋਸਤੋ ਆਜੂਗਾ, ਲਾਲ ਕਿਲ੍ਹੇ ਦਾ ਨਿਰਮਾਣ ਕਰਵਾਇਆ। ਲਾਲ ਕਿਲ੍ਹਾ ਆਜੂ ਤੁਹਾਡਾ ਆਂਸਰ ਤੀਜੇ ਦਾ। ਤਾਜ ਮਹਿਲ ਦੀ ਉਸਾਰੀ 'ਤੇ ਕਿੰਨਾ ਖਰਚਾ ਆਇਆ? ਦੋਸਤੋ ਕਿੰਨਾ ਖਰਚਾ ਆਇਆ ਸੀ? 20,000 ਕਾਰੀਗਰ, ਜਿਵੇਂ ਕਿ ਦੋਸਤੋ 20,000 ਕਾਰੀਗਰ ਕਰਦੇ ਰਹੇ ਕੰਮ। ਅਤੇ ਦੋਸਤੋ ਖਰਚਾ ਕਿੰਨਾ ਆਇਆ ਸੀ? 3 ਕਰੋੜ ਰੁਪਏ ਦਾ ਖਰਚਾ ਆਇਆ। 3 ਕਰੋੜ ਇਸਦਾ ਆਂਸਰ ਹੈ ਜੀ ਦੋਸਤੋ। ਠੀਕ ਹੈ ਦੋਸਤੋ, 3 ਕਰੋੜ। ਅਤੇ ਅੱਗੇ ਦੋਸਤੋ, ਤਾਜ ਮਹਿਲ ਦਾ ਨਿਰਮਾਣ ਕਿਸ ਪੱਥਰ ਨਾਲ ਕੀਤਾ ਗਿਆ ਸੀ?
ਦੋਸਤੋ ਉੱਤਰ ਕੀ ਹੋਊਗਾ ਦੋਸਤੋ, ਇਮਾਰਤ ਸਫੈਦ ਰੰਗ ਸੰਗਮਰਮਰ ਦੀ ਬਣੀ ਹੋਈ ਹੈ, ਯਾਨੀ ਕਿ ਸੰਗਮਰਮਰ ਦੇ ਪੱਥਰ ਦਾ ਨਾਲ ਕੀਤਾ ਗਿਆ ਹੈ ਇਸਦਾ ਨਿਰਮਾਣ। ਅਤੇ ਦੋਸਤੋ ਅੱਗੇ ਆ ਜਾਓ ਪਾਠ ਐਫ, ਸੰਸਾਰ ਦੇ ਨਕਸ਼ੇ ਵਿੱਚ ਕਿਹੜੇ ਹੇਠ ਲਿਖੇ ਸਥਾਨ ਭਰੋ, ਯਾਨੀ ਕਿ ਸ਼੍ਰੀਲੰਕਾ, ਸਹਾਰਾ ਮਾਰੂਥਲ, ਸਫੇਜ ਨਹਿਰ, ਹਿੰਦ ਮਹਾਸਾਗਰ, ਆਸਟ੍ਰੇਲੀਆ, ਭਾਰਤ, ਅਫਰੀਕਾ, ਅੰਤ ਮਹਾਸਾਗਰ, ਚੀਨ, ਏਸ਼ੀਆ। ਇਹ ਦੋਸਤੋ ਤੁਸੀਂ ਕਰਨੇ ਹਨ। ਜੇਕਰ ਤੁਹਾਨੂੰ ਦੋਸਤੋ ਇਹ ਨਕਸ਼ੇ ਚਾਹੀਦੇ ਹਨ ਤੁਸੀਂ ਤਾਂ ਤੁਸੀਂ ਤੁਹਾਨੂੰ ਸਭ ਤੋਂ ਪਹਿਲਾਂ ਸਾਡੇ ਟੈਲੀਗ੍ਰਾਮ ਚੈਨਲ ਨੂੰ ਜੁਆਇਨ ਹੋਣਾ ਪਵੇਗਾ, ਉਸ 'ਤੇ ਤੁਹਾਨੂੰ ਜਿਹੜਾ ਕਿ ਇਸ ਨਕਸ਼ੇ ਹਨ ਤੁਹਾਨੂੰ ਪ੍ਰੋਵਾਈਡ ਕੀਤੇ ਜਾਣਗੇ। ਅਤੇ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ, ਇਸ ਤਰ੍ਹਾਂ ਤੁਹਾਡਾ ਪੂਰਾ ਪੇਪਰ ਹੱਲ ਹੋ ਚੁੱਕਿਆ ਹੈ। ਅਤੇ ਦੋਸਤੋ ਜੇਕਰ ਤੁਹਾਨੂੰ ਹੋਰ ਵੀ ਕੋਈ ਕੁਐਸਚਨ ਪੇਪਰ ਚਾਹੀਦਾ ਹੈ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰ ਸਕਦੇ ਹੋ, ਅਤੇ ਚੈਨਲ 'ਤੇ ਨਵੇਂ ਤਾਂ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰ ਲੈਣਾ। ਵੀਡੀਓ ਦਾ ਅੰਤ ਤੱਕ ਬਣੇ ਰਹਿਣ ਲਈ ਬਹੁਤ ਬਹੁਤ ਧੰਨਵਾਦ। ਆਪਾਂ ਮਿਲਦੇ ਹਾਂ ਅਗਲੀ ਵੀਡੀਓ ਵਿੱਚ।